ਪੰਜਾਬ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਜਿਹੜੀ ਹੈਗੀ ਉਸਦੀ ਸ਼ੁਰੂਆਤ ਹੋ ਰਹੀ ਹੈ ਅਤੇ ਕੁਲਤਾਰ ਸਿੰਘ ਸੰਧੂ ਆ ਇਸ ਵਕਤ ਸ਼ੁਰੂਆਤ ਕਰ ਰਹੇ ਨੇ। ਤਸਵੀਰਾਂ ਤੁਸੀਂ ਕੋਟਕਪੂਰੇ ਦੀਆਂ ਵੇਖ ਰਹੇ ਹੋ ਜਿੱਥੇ ਕਿ ਪ੍ਰਿਥਵੀ ਨੂੰ ਹਰਾ ਭਰਾ ਕਰਨ ਦੇ ਲਈ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਜਾ ਰਿਹਾ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੁਲਤਾਰ ਸਿੰਘ ਸੰਧੂਆਂ ਜੋ ਨੇ ਡਿਪਟੀ ਮਾਫੀ ਚਾਹਾਂਗੇ ਸਪੀਕਰ ਸਾਹਿਬ ਜਿਹੜੇ ਨੇ ਉਹ ਇਸ ਵਕਤ ਇੱਥੇ ਸ਼ੁਰੂਆਤ ਕਰ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ, ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ। ਸੂਬੇ 'ਚ ਹੁਣ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਤੱਕ 1,54,00,000 ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ। ਸਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਅਸੀਂ ਦਵਾਈ ਲੈਣ ਚਲੇ ਜਾਂਦੇ ਹਾਂ, ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਡਾਕਟਰ ਸਾਹਿਬ ਕੋਲ ਜਾਈਦਾ, ਡਾਕਟਰ ਸਾਹਿਬ ਨੂੰ ਆਪਣੇ ਘਰ ਨਾਲ ਲੈ ਕੇ ਜਾਈਦਾ, ਹਰ ਘਰਦਿਆਂ ਨੂੰ ਦੇਖ ਲੈਂਦੇ ਨੇ ਆਣ ਕੇ, ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ, ਟਾਈਮ ਨਾਲ ਅਸੀਂ ਸਾਰਾ ਕੁਛ ਸਾਨੂੰ ਮਿਲਦਾ। ਭਗਵੰਤ ਮਾਨ ਸਰਕਾਰ ਨੇ ਭਾਰੂ ਕੈਂਪ 'ਚ ਕਲੀਨਿਕ ਮੁਹੱਲਾ ਖੋਲ੍ਹਿਆ। ਇਹਨਾਂ ਜਿਹੜੀ ਆਮ ਜਨਤਾ ਗਰੀਬ ਜਨਤਾ ਹੈ, ਮੰਨ ਲਓ ਮੈਂ ਹੀ ਹਾਂ, ਅਗਰ ਮੇਰੀ ਜੇ ਕੋਈ ਪੈਸਾ ਨਹੀਂ, ਮੈਂ ਕਿਸੇ ਚੀਜ਼ ਤੋਂ ਬਿਮਾਰ ਹੋ ਜਾਂਦਾ ਵਾਂ, ਚਾਹੇ ਮੈਨੂੰ ਉਲਟੀਆਂ ਲੱਗ ਜਾਂਦੀਆਂ, ਰੂਲ ਮੋਸ਼ਨ ਲੱਗ ਜਾਂਦੇ ਨੇ, ਚਾਹੇ ਬਹਾਰ ਚੜ ਜਾਂਦਾ, ਜੇ ਕੋਈ ਪੈਸਾ ਨਹੀਂ ਹੈਗਾ ਤੇ ਮੈਂ ਮੁਹੱਲਾ ਕਲੀਨਿਕ ਆ ਕੇ ਫ੍ਰੀ ਇਲਾਜ ਕਰਾ ਸਕਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ। ਬੋਲੇ ਸੋਨਿਹਾਲ ਦੇ ਨਾਲ ਜਿਹੜੀ ਹੈਗੀ ਸ਼ੁਰੂਆਤ ਇਸ ਦੀ ਕਰ ਦਿੱਤੀ ਗਈ ਹੈ। ਤਾਂ ਤਸਵੀਰਾਂ ਇਸ ਵਕਤ ਤੁਸੀਂ ਕੋਟਕਪੂਰੇ ਤੋਂ ਵੇਖ ਰਹੇ ਹੋ ਜਿੱਥੇ ਕਿ ਕੁਲਤਾਰ ਸਿੰਘ ਸੰਧੂਆਂ ਵੱਲੋਂ ਧਰਤੀ ਨੂੰ ਹਰਾ ਭਰਾ ਬਣਾਉਣ ਦੇ ਲਈ ਇੱਕ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ। ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ, ਕਾਫੀ ਵੱਡਾ ਟੀਚਾ ਜਿਹੜਾ ਹੈਗਾ ਉਹ ਲਿਖਿਆ ਗਿਆ ਕਿ ਕਿੰਨੇ ਪੌਦੇ ਜਿਹੜੇ ਨੇ ਇੱਥੇ ਲਗਾਏ ਜਾਣੇ ਨੇ। ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ, ਤਸਵੀਰਾਂ ਇਸ ਵਕਤ ਤੁਸੀਂ ਕੋਟਕਪੂਰਾ ਤੋਂ ਵੇਖ ਰਹੇ ਹੋ ਜਿੱਥੇ ਕਿ ਸ਼ੁਰੂਆਤ ਕੀਤੀ ਜਾ ਰਹੀ ਹੈ ਰੁੱਖ ਲਗਾਉਣ ਦੀ। ਸਪੀਕਰ ਸਾਹਿਬ ਵੱਲੋਂ ਜਿਹੜੀ ਹੈ ਕਿ ਸ਼ੁਰੂਆਤ ਇਸ ਦੀ ਕੀਤੀ ਗਈ ਹੈ। ਸਪੀਕਰ ਸਾਹਿਬ ਨਾਲ ਗੱਲਬਾਤ ਕਰਾਂਗੇ। ਸਪੀਕਰ ਸਾਹਿਬ, ਕਿਸ ਤਰੀਕੇ ਸ਼ੁਰੂਆਤ ਹੋਈ ਹੈ, ਅੱਜ ਪ੍ਰਕਿਰਤੀ ਨੂੰ ਹਰਾ ਭਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ ਜੀ, ਆਪਣੇ ਤਾਂ ਗੁਰੂ ਸਾਹਿਬਾਨ ਵੀ ਖੁਦ ਦਰਖਤ ਲਾਉਂਦੇ ਰਹੇ ਆ, ਬਾਗ ਲਾਏ ਉਹਨਾਂ ਨੇ, ਔਰ ਹੁਕਮ ਵੀ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੋ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਅਸੀਂ ਇਸ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦੀ ਪਹਿਲ ਕਰਦਿਆਂ, ਕੋਸ਼ਿਸ਼ ਕਰਦਿਆਂ ਕੱਲ੍ਹ ਜਿਹੜੀ ਰੁੱਖ ਲਾਉਣ ਦੀ ਜਿਹੜੀ ਸ਼ੁਰੂਆਤ ਹੈ ਇਹ ਪੰਜਾਬ ਵਿਧਾਨ ਸਭਾ ਤੋਂ ਕੀਤੀ ਸੀ, ਅਤੇ ਅੱਜ 400 ਬੂਟਾ ਗੁੱਡ ਮਾਰਨਿੰਗ ਕਲੱਬ ਵੱਲੋਂ ਕੋਟਕਪੂਰੇ ਲਾਇਆ ਜਾ ਰਿਹਾ, ਰਾਏਪੁਰ ਇੱਕ ਬੜਾ ਵੱਡਾ ਬਾਗ ਲਾਇਆ ਜਾ ਰਿਹਾ। ਸੋ ਮੈਂ ਬੇਨਤੀ ਕਰਦਾ ਸਾਡੇ ਸਾਰੇ ਪੰਜਾਬੀਆਂ ਨੂੰ ਕਿ ਜੇ ਆਪਾਂ ਗੁਰੂ ਦੇ ਹੁਕਮ 'ਤੇ ਚੱਲਾਂਗੇ ਤਾਂ ਫਿਰ ਸੁਖੀ ਰਹਾਂਗੇ, ਤੰਦਰੁਸਤ ਰਹਾਂਗੇ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੰਦਰੁਸਤ ਹੋਣਗੀਆਂ, ਅਤੇ ਜੇ ਆਪਾਂ ਕਿਤੇ ਬਨਸਪਤੀ ਜਿੱਥੇ ਪਰਮਾਤਮਾ ਦਾ ਵਾਸ ਹੈ ਜੇ ਕਿਤੇ ਨਾ ਕਿਤੇ ਉਹਦੇ ਨਾਲ ਖਿਲਵਾੜੇ ਕਰਦੇ ਰਹੇ ਤਾਂ ਫਿਰ ਜਿਵੇਂ ਕਰੋਨਾ ਵਰਗੀਆਂ ਮਹਾਂਮਾਰੀਆਂ ਆਈਆਂ, ਹੜ੍ਹ ਆਏ ਹੈ, ਸੋ ਉਸ ਤਰ੍ਹਾਂ ਦੇ ਸਾਨੂੰ ਖਤਰੇ ਨਾ ਦਰਪੇਸ਼ ਹੋਣ। ਸੋ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ 'ਤੇ ਚੱਲਦੇ ਹੋਏ ਮੈਂ ਸਾਰੀਆਂ ਪੰਚਾਇਤਾਂ ਨੂੰ, ਯੂਥ ਕਲੱਬਾਂ ਨੂੰ ਬੇਨਤੀ ਕਰਦਾ ਪੰਜਾਬ ਨੂੰ ਹਰਿਆ ਭਰਿਆ ਬਣਾ ਦਿਉ।
ਔਰ ਜਿਹੜੀ ਗੱਲ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕਹੀ ਹੈ ਮੋਟਰਾਂ 'ਤੇ ਵੀ, ਆਪਾਂ ਵੱਧ ਤੋਂ ਵੱਧ ਆਪਦੀਆਂ ਮੋਟਰਾਂ 'ਤੇ ਜਿੱਥੇ ਥੱਲਿਓਂ ਪਾਣੀ ਕੱਢਦੇ ਹਾਂ ਅਸੀਂ ਤਾਂ ਮਤਲਬ ਇੰਨਾ ਜ਼ਿਆਦਾ ਦੋਹਣ ਕਰ ਲਿਆ ਪਾਣੀ ਦਾ ਕਿ ਸਾਡਾ ਜਿਹੜਾ ਮਤਲਬ ਵਾਟਰ ਟੇਬਲ ਬਹੁਤ ਥੱਲੇ ਚਲਾ ਗਿਆ। ਸਾਰਾ ਪੰਜਾਬ ਹੀ ਲਗਭਗ ਡਾਰਕ ਜ਼ੋਨ 'ਚ ਜਾ ਰਿਹਾ। ਜਿੱਥੇ ਪਾਣੀ ਉੱਪਰ ਹੈ ਉੱਥੇ ਪਾਣੀ ਚੰਗਾ ਨਹੀਂ ਹੈ, ਸਿਰਫ ਉੱਥੇ ਬਚਿਆ। ਜਿੱਥੇ ਚੰਗਾ ਪਾਣੀ ਨਾ ਸਾਰਾ ਡਾਰਕ ਜ਼ੋਨ ਚਲਾ। ਸੋ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਸਾਰੇ ਜਾਣੇ ਬੂਟੇ ਲਾਈਏ। ਗੁੱਡ ਮਾਰਨਿੰਗ ਕਲੱਬ ਟੋਟਲ 1000 ਤਾਂ ਘੱਟੋ ਘੱਟ ਆ ਸਾਡਾ, ਅਸੀਂ ਵੱਧ ਉਸ ਤੋਂ ਵੱਧ ਵੀ ਲਾਵਾਂਗੇ। ਬਿਲਕੁਲ, ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਸੀਗੇ ਜਿੱਥੇ ਕਿ ਕੁਲਤਾਰ ਸਿੰਘ ਸੰਧੂ ਜੋ ਨੇ ਉਸ ਮੌਜੂਦ ਨੇ। ਡਾਕਟਰ ਸਾਹਿਬ, ਸ਼ੁਰੂਆਤ ਕੀਤੀ ਗਈ ਹੈ ਅਤੇ ਤੁਹਾਡੇ ਇਲਾਕੇ 'ਚ ਕਿਸ ਤਰੀਕੇ ਦਾ ਰਿਸਪੋਂਸ ਕਿਹੋ ਜਿਹਾ ਮਿਲੂਗਾ, ਕਿਉਂਕਿ ਇਸ ਵਕਤ ਜਿਹੜੀ ਕੋਸ਼ਿਸ਼ ਚੱਲ ਰਹੀ ਹੈ ਪਾਣੀ ਲੈਵਲ ਥੱਲੇ ਜਾ ਰਿਹਾ, ਉਸ ਨੂੰ ਬਚਾਉਣ ਦੀ ਸ਼ੁਰੂਆਤ ਕੀਤੀ, ਕਿਸ ਤਰੀਕੇ ਸ਼ੁਰੂਆਤ? ਬਿਲਕੁਲ ਜੀ, ਦੇਖੋ ਜੀ, ਅੱਜ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧੂ ਖੁਦ ਆਏ ਨੇ। ਇਹਦਾ ਮਤਲਬ ਇਹ ਆ ਕਿ ਸਰਕਾਰ ਬਹੁਤ ਚਿੰਤਾ ਵਿੱਚ ਆ ਔਰ ਅਸੀਂ ਆਮ ਲੋਕ ਤਾਂ ਹਾਂ ਹੀ ਹਾਂ, ਔਰ ਜੇ ਸਰਕਾਰ ਸਾਡੇ ਨਾਲ ਰਲ ਕੇ, ਪਬਲਿਕ ਨਾਲ ਰਲ ਕੇ, ਗੁੱਡ ਮਾਰਨਿੰਗ ਵੈਸੇ ਕਲੱਬ ਰਲ ਕੇ ਅਸੀਂ ਇਹ ਉਪਰਾਲਾ ਕਰ ਰਹੇ, ਮੈਂ ਅਤੇ ਮੇਰਾ ਰੁੱਖ ਦੀ ਸ਼ੁਰੂਆਤ ਕਰ ਜਾ ਰਹੇ ਹਾਂ। ਸੋ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਔਰ ਲੋਕਾਂ ਨੂੰ ਅਵੇਅਰ ਵੀ ਹੋਣਾ ਪਏਗਾ ਕਿ ਆਉਣ ਵਾਲੇ ਸਮੇਂ ਜੇਕਰ ਰੁੱਖ ਲੱਗਣਗੇ ਤਾਂ ਹੀ ਅਸੀਂ ਵਧੀਆ ਆਕਸੀਜਨ ਲੈ ਸਕਾਂਗੇ। ਸੋ ਇੱਕ ਬਹੁਤ ਵਧੀਆ ਉਪਰਾਲਾ ਔਰ ਅਸੀਂ ਮਾਣਯੋਗ ਸਪੀਕਰ ਸਾਹਿਬ ਦਾ ਇਸ ਲਈ ਸਪੈਸ਼ਲ ਧੰਨਵਾਦ ਕਰਦੇ ਹਾਂ ਜੀ। ਵੈਰੀ ਮਚ। ਤਾਂ ਇਸ ਵਕਤ ਸਾਡੇ ਨਾਲ ਢਿੱਲੋਂ ਸਾਹਿਬ ਮੌਜੂਦ ਸੀਗੇ ਅਤੇ ਕੋਟਕਪੁਰਾ ਇਲਾਕੇ ਵਿੱਚ ਸ਼ੁਰੂਆਤ ਜਿਹੜੀ ਹੈਗੀ ਕੀਤੀ ਗਈ ਹੈ। ਕੱਲ੍ਹ ਵਿਧਾਨ ਸਭਾ ਜਿਹੜੀ ਹੈਗੀ ਉੱਥੋਂ ਸ਼ੁਰੂਆਤ ਕੀਤੀ ਗਈ ਸੀਗੀ, ਪੂਰੇ ਪੰਜਾਬ ਨੂੰ, ਪੂਰੀ ਪ੍ਰਕਿਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਹੈ। ਇਸ ਦੇ ਨਾਲ ਹੀ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਇਸ ਧਰਤੀ ਨੂੰ ਹਰਿਆ ਭਰਿਆ ਬਣਾਇਆ ਜਾਵੇ ਤਾਂ ਕਿ ਵਾਟਰ ਲੈਵਲ ਜੋ ਲਗਾਤਾਰ ਥੱਲੇ ਜਾ ਰਿਹਾ ਉਸ ਨੂੰ ਰੋਕਿਆ ਜਾ ਸਕੇ। ਫਿਲਹਾਲ ਵੇਖਦੇ ਹਾਂ ਕਿ ਇਸ ਦੇ ਨਤੀਜੇ ਜਿਹੜੇ ਨੇ ਕਿਸ ਤਰੀਕੇ ਨਿਕਲ ਕੇ ਸਾਹਮਣੇ ਆਉਂਦੇ ਨੇ। ਕੋਟਕਪੂਰਾ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ, ਜਸ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।